ਹਾਂ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਨੋਵਲ ਕੋਰੋਨਾ ਵਾਇਰਸ COVID-19 ਦਾ ਖਤਰਾ ਪੂਰੇ ਵਰਲਡ ਵਿੱਚ ਮੰਡਰਾ ਰਿਹਾ ਹੈ ਅਤੇ ਲੋਕ ਕਾਫੀ ਪੈਨਿਕ ਕਰ ਰਹੇ ਹਨ। IELTS ਸਟੂਡੈਂਟਸ ਦੇ ਵਿੱਚ ਵੀ ਇਸ ਨੂੰ ਲੈ ਕੇ ਕਾਫੀ ਟੈਂਸ਼ਨ ਚੱਲ ਰਹੀ ਹੈ ਕਿ ਕਿਤੇ ਉਹਨਾਂ ਦਾ ਪੇਪਰ ਰੱਦ ਤਾਂ ਨਹੀਂ ਹੋ ਗਿਆ ਜਾਂ ਪੋਸਟਪੋਨ ਤਾਂ ਨਹੀਂ ਹੋ ਗਿਆ। ਤਾਂ ਮੈਂ ਦੱਸਣਾ ਚਾਹਾਂਗੀ ਕਿ ਇੰਡੀਆ ਦੇ ਵਿੱਚ ਇਹ ਐਗਜ਼ਾਮ ਹਜੇ ਤੱਕ ਪਰ ਸਕੈਡਿਊਲ ਚੱਲ ਰਿਹਾ ਹੈ। ਹਾਂ, ਸੈਂਟਰ ਕੁਝ ਪ੍ਰੀਕੋਸ਼ਨ ਜ਼ਰੂਰ ਵਰਤ ਰਹੇ ਹਨ, ਜਿਵੇਂ ਕਿ ਸਟੂਡੈਂਟਸ ਨੂੰ ਮਾਸਕ ਪਾਉਣਾ ਅਲਾਊਡ ਹੈ ਅਤੇ ਸੈਨੀਟਾਈਜ਼ਰ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ, ਪਰ ਹਜੇ ਤੱਕ ਇੰਡੀਆ ਦੇ ਵਿੱਚ ਕੋਈ ਵੀ ਐਗਜ਼ਾਮ ਰੱਦ ਜਾਂ ਪੋਸਟਪੋਨ ਨਹੀਂ ਹੋਇਆ। ਅਗਰ ਇਸ ਤਰ੍ਹਾਂ ਦਾ ਕੁਝ ਵੀ ਹੁੰਦਾ ਹੈ ਤਾਂ ਸਟੂਡੈਂਟਸ ਨੂੰ ਐਡਵਾਂਸ ਦੇ ਵਿੱਚ ਇਨਫੋਰਮ ਕੀਤਾ ਜਾਏਗਾ। IDP ਅਤੇ ਬ੍ਰਿਟਿਸ਼ ਕੌਂਸਲ ਵੱਲੋਂ ਖਾਸ ਹਿਦਾਇਤ ਹੈ ਕਿ ਅਗਰ ਕਿਸੇ ਕੈਂਡੀਡੇਟ ਨੂੰ ਸਾਹ ਲੈਣ ਵਿੱਚ ਤਕਲੀਫ ਹੈ, ਖੰਘ, ਬੁਖਾਰ ਜਾਂ ਜ਼ੁਕਾਮ ਹੈ ਤਾਂ ਉਹ ਸੈਂਟਰ ਵਿੱਚ ਐਗਜ਼ਾਮ ਦੇਣ ਨਾ ਆਉਣ। ਉਹ ਆਪਣਾ ਐਗਜ਼ਾਮ ਪੋਸਟਪੋਨ ਵੀ ਕਰਵਾ ਸਕਦੇ ਹਨ ਜਾਂ ਉਹ ਰੀਫੰਡ ਵੀ ਲੈ ਸਕਦੇ ਹਨ। ਉਹਨਾਂ ਨੂੰ ਕੋਈ ਐਕਸਟਰਾ ਫੀਸ ਦੇਣ ਦੀ ਜ਼ਰੂਰਤ ਨਹੀਂ ਹੈ। ਅਤੇ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਇਹ ਐਗਜ਼ਾਮ ਕੁਝ ਕੰਟਰੀਜ਼ ਦੇ ਵਿੱਚ 2 ਜਾਂ 3 ਹਫ਼ਤਿਆਂ ਲਈ ਪੋਸਟਪੋਨ ਹੋਇਆ ਹੈ। ਇਹ ਕੰਟਰੀਜ਼ ਮੇਨਲੀ ਯੂਰੋਪੀਅਨ ਕੰਟਰੀਜ਼ ਹਨ, ਚਾਈਨਾ ਹੈ, UAE ਹੈ ਅਤੇ UK ਦੇ ਕੁਝ ਸ਼ਹਿਰ ਹਨ। ਇਹਨਾਂ ਸ਼ਹਿਰਾਂ ਵਿੱਚ ਇਹ ਐਗਜ਼ਾਮ ਰੱਦ ਕਰ ਦਿੱਤਾ ਗਿਆ ਹੈ ਕਿਉਂਕਿ ਉੱਥੇ ਕੋਰੋਨਾ ਵਾਇਰਸ ਦਾ ਖਤਰਾ ਸਭ ਤੋਂ ਵਧਿਆ ਹੋਇਆ ਹੈ। ਹਜੇ ਤੱਕ ਭਾਰਤ ਵਿੱਚ ਇਸ ਵਾਇਰਸ ਦਾ ਇੰਨਾ ਖਤਰਾ ਨਹੀਂ ਕਿ ਇੱਥੇ ਐਗਜ਼ਾਮ ਰੱਦ ਕਰ ਦਿੱਤਾ ਜਾਵੇ। ਇਸ ਲਈ ਸਟੂਡੈਂਟਸ ਨੂੰ ਫਿਕਰ ਕਰਨ ਦੀ ਜ਼ਰੂਰਤ ਨਹੀਂ ਅਤੇ ਉਹਨਾਂ ਨੂੰ ਆਪਣੀ ਤਿਆਰੀ ਜਾਰੀ ਰੱਖਣੀ ਚਾਹੀਦੀ ਹੈ। ਬ੍ਰਿਟਿਸ਼ ਕੌਂਸਲ ਅਤੇ IDP ਵੱਲੋਂ ਕੋਰੋਨਾ ਵਾਇਰਸ ਨੂੰ ਲੈ ਕੇ ਕੈਂਡੀਡੇਟਸ ਨੂੰ ਖਾਸ ਹਿਦਾਇਤ ਦਿੱਤੀ ਗਈ ਹੈ ਕਿ ਉਹ ਆਪਣਾ ਫੇਸ ਮਾਸਕ ਪਾ ਕੇ ਆ ਸਕਦੇ ਹਨ, ਪਰ ਫੋਟੋ ਆਈਡੈਂਟੀਫਿਕੇਸ਼ਨ ਵੇਲੇ ਉਹਨਾਂ ਦਾ ਮਾਸਕ ਉਤਾਰਿਆ ਜਾ ਸਕਦਾ ਹੈ। ਈਵਨ ਐਗਜ਼ਾਮੀਨਰ ਅਤੇ ਇਨਵਿਜੀਲੇਟਰ ਵੀ ਮਾਸਕ ਪਾ ਸਕਦੇ ਹਨ। ਕੋਰੋਨਾ ਵਾਇਰਸ ਦੇ ਖਤਰੇ ਨੂੰ ਦੇਖ ਕੇ ਕੁਝ ਸ਼ਹਿਰਾਂ ਦੇ ਵਿੱਚ IELTS ਸੈਂਟਰ ਵੀ ਬੰਦ ਕਰ ਦਿੱਤੇ ਗਏ ਹਨ। ਤਾਂ ਮੇਰੀ ਕੈਂਡੀਡੇਟਸ ਨੂੰ ਐਡਵਾਈਜ਼ ਹੈ ਕਿ ਉਹ ਆਪਣੇ IELTS ਪ੍ਰੈਪਰੇਸ਼ਨ ਨੂੰ ਹੋਲਡ 'ਤੇ ਨਾ ਪਾਉਣ। ਉਹ ਘਰ ਬੈਠ ਕੇ ਤਿਆਰੀ ਕਰ ਸਕਦੇ ਹਨ, ਉਹ ਔਨਲਾਈਨ ਮਟੀਰੀਅਲ ਦਾ ਇਸਤੇਮਾਲ ਕਰ ਸਕਦੇ ਹਨ। ਤੁਸੀਂ ਸਾਡੇ YouTube ਚੈਨਲ ਅਤੇ ਸਾਡੀ ਵੈਬਸਾਈਟ ਰਾਹੀਂ ਵੀ ਤਿਆਰੀ ਕਰ ਸਕਦੇ ਹੋ। ਜਿਨ੍ਹਾਂ ਦੇਸ਼ਾਂ ਦੇ ਵਿੱਚ ਪੇਪਰ ਰੱਦ ਕਰ ਦਿੱਤਾ ਗਿਆ ਹੈ ਜਾਂ ਪੋਸਟਪੋਨ ਕਰ ਦਿੱਤਾ ਗਿਆ ਹੈ, ਉਹ ਵਿਦਿਆਰਥੀ ਵੀ ਤਿਆਰੀ ਨੂੰ ਹੋਲਡ 'ਤੇ ਨਾ ਪਾਉਣ ਅਤੇ ਆਪਣੀ ਤਿਆਰੀ ਕੰਟੀਨਿਊ ਰੱਖਣ, ਕਿਉਂਕਿ ਜਲਦੀ ਸਭ ਕੁਝ ਨੋਰਮਲ ਹੋ ਜਾਵੇਗਾ ਅਤੇ ਉਹ ਵੀ ਆਪਣਾ ਐਗਜ਼ਾਮ ਨੋਰਮਲੀ ਦੇ ਸਕਣਗੇ। ਲਾਸਟ ਵਿੱਚ ਮੇਰੀ ਸਾਰੇ ਕੈਂਡੀਡੇਟਸ ਨੂੰ ਐਡਵਾਈਸ ਹੈ ਕਿ ਉਹ ਕੋਰੋਨਾ ਵਾਇਰਸ ਨੂੰ ਲੈ ਕੇ ਪੈਨਿਕ ਨਾ ਕਰਨ, ਪ੍ਰੀਕੋਸ਼ਨਸ ਵਰਤਣ ਅਤੇ ਆਪਣੀ IELTS ਪ੍ਰੈਪਰੇਸ਼ਨ ਜਾਰੀ ਰੱਖਣ। ਜੇਕਰ ਤੁਸੀਂ ਖੁਦ ਨੂੰ ਅਤੇ ਆਪਣੇ ਨੂੰ ਸੁਰੱਖਿਅਤ ਰੱਖਣਾ ਚਾਹੁੰਦੇ ਹੋ ਤਾਂ ਪ੍ਰੀਕੋਸ਼ਨਸ ਵਰਤੋ, ਪੈਨਿਕ ਕਰਨ ਦੀ ਜ਼ਰੂਰਤ ਨਹੀਂ। ਆਪਣੇ ਹੱਥ ਵਾਰ ਵਾਰ ਧੋਵੋ, ਸੈਨੀਟਾਈਜ਼ਰ ਦਾ ਵਰਤੋਂ ਕਰੋ, ਪਬਲਿਕ ਪਲੇਸਿਸ 'ਤੇ ਘੱਟ ਜਾਵੋ, ਅਗਰ ਤੁਸੀਂ ਛਿੱਕਦੇ ਹੋ ਜਾਂ ਖੰਘਦੇ ਹੋ ਤਾਂ ਟਿਸ਼ੂ ਦਾ ਇਸਤੇਮਾਲ ਕਰੋ, ਅਤੇ ਅਗਰ ਕੋਈ ਵਿਅਕਤੀ ਬਿਮਾਰ ਹੈ ਤਾਂ ਉਸ ਤੋਂ ਸੀਮਿਤ ਦੂਰੀ ਬਣਾਈ ਰੱਖੋ। ਥੈਂਕ ਯੂ, ਆਲ ਦੀ ਬੈਸਟ ਟੂ ਆਲ ਦਾ IELTS ਕੈਂਡੀਡੇਟ, ਅਤੇ ਆਪਣੀ ਤਿਆਰੀ ਜਾਰੀ ਰੱਖੋ। ਥੈਂਕ ਯੂ।